हाँ जी दोस्तों, रॉयल फैमिली पटियाला शाही घराना जानी के पटियालीए राजे दे महलां दियां ओ दिलचस्प कहानियां आपां तुहानूं सुणाउने आ। और अज दूजा भाग आपां तुहाडे रूबरू लैके आए हैं। सो इहदे विच कैप्टन अमरिंदर सिंह दे बचपन दियां कुछ गल्लां कि किद्दां इल्लतां करदा हुंदा सी ते होर वी बड़ियां दिलचस्प जानकारियां शाही महल दियां दस्सांगे तुहानूं, जिन्हां नूं सुण के तुसीं खुश होवोगे। और वीडियो बड़ी दिलचस्प और जानकारी भरपूर है, इहनूं सारी नूं सुणियो ते अग्गे जरूर शेयर करियो। सो दोस्तो, महल दे विच एक बड़े गुस्से भरी आवाज़ गूंजदी है। आवाज़ की है? ये मनहूस औरत अपने आप नूं की समझदी है? हुण तां इह साडी सरप्रस्त भी नहीं है, इहदा हुण इत्थे कोई कम नहीं। नहीं मेरे लाल, तुसीं उस नूं इंज नहीं वापस भेज सकते, वह मम्मी की दोस्त है, उसनू इत्थे साडे नाल रहण लई सद्दा दे के बुलाया गया है। मेरे लाल, मुनासिब गल करो, नहीं तुसीं उसनू गोली भी नहीं मार सकते, इस तरह तो बिल्कुल नहीं हो सकता। दरवाजा जोर दी बंद हो जाता। पटियाले दे मोती बाग विच युवराज साहब होण वाले शहजादे करके बुलाया जाता एक हफदा होया 4 साल का बच्चा बाहर आया। ਇਹ ਨਾਟਕੀ ਨਜ਼ਾਰਾ ਅਸਲ ਜੀਵਨ ਦੀ ਘਟਨਾ ਹੈ, ਜਿਹਦੇ ਵਿੱਚ ਆਪਣੇ ਕੈਪਟਨ ਸਾਹਿਬ ਨਿੱਕੇ ਹੁੰਦਿਆਂ ਆਪਣੀ ਨਰਸ ਦਾਈ ਮਾਂ ਸਿਸਟਰ ਵੇਲਜ਼ ਨਾਲ ਬਹਿਸ ਕਰ ਰਹੇ ਨੇ ਕਿ ਉਹ ਆਪਣੀ ਸਾਬਕਾ ਗਵਰਨਰ ਨੂੰ ਗੋਲੀ ਕਿਉਂ ਨਹੀਂ ਮਾਰ ਸਕਦੇ, ਜਦੋਂ ਕਿ ਉਹਨੇ ਉਹਦੇ ਪਾਪਾ ਅਤੇ ਮੰਮੀ ਦੇ ਛੁੱਟੀਆਂ ਵਿੱਚ ਬਾਹਰ ਜਾਣ ਮਗਰੋਂ ਉਹਦੇ ਮਹਾਰਾਜਾ ਬਣਨ ਦਾ ਸਮਾਂ ਬਰਬਾਦ ਕਰਨ ਦਾ ਸਾਹਸ ਕੀਤਾ ਹੈ। ਸੋ ਦੋਸਤੋ, ਸ਼੍ਰੀਮਤੀ ਹੇਡੇ ਡਿਆਲ ਦੇ ਅਣਪ੍ਰਕਾਸ਼ਿਤ ਯਾਦ ਪੱਤਰਾਂ 'ਚ ਲਿਖੇ ਅਨੁਸਾਰ 1946 'ਚ ਚਾਰੇ ਸ਼ਾਹੀ ਬੱਚਿਆਂ ਹਮਿੰਦਰ ਕੁਮਾਰੀ, ਰੁਪਿੰਦਰ ਕੁਮਾਰੀ, ਅਮਰਿੰਦਰ ਅਤੇ ਮਲਵਿੰਦਰ, ਇਹਨਾਂ ਦੀ ਸਿੱਖਿਆ ਲਈ ਕਹਿੰਦੇ ਇੱਕ ਜਰਮਨੀ ਦੀ ਮਹਿਲਾ ਨੂੰ ਰੱਖਿਆ ਗਿਆ। ਇਹ ਘਟਨਾ ਸੁਭਾਵਿਕ ਤੌਰ 'ਤੇ ਹੀ ਸ਼ਾਹੀ ਨਾਇਕ ਦਾ ਕਰੈਕਟਰ ਦਰਸਾਉਂਦੀ ਹੈ। ਜੋ ਅਗਰ ਉਹਦੇ ਨਜ਼ਰੀਏ ਤੋਂ ਵੇਖੀਏ ਤਾਂ ਉਹ ਸਿਰਫ ਆਪਣੀ ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ। ਆਪਣੇ ਮਾਤਾ ਪਿਤਾ ਦੀ ਗੈਰ ਹਾਜ਼ਰੀ 'ਚ ਰਾਜ ਦਾ ਕੰਮ ਕਾਜ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਯੂਵੀ, ਜਿਸ ਤਰ੍ਹਾਂ ਕਿ ਉਸ ਨੂੰ ਰਾਜ ਮਹਿਲ 'ਚ ਬੁਲਾਇਆ ਜਾਂਦਾ ਸੀ, ਜਦੋਂ ਗੱਲ ਉਹਦੇ ਮਾਤਾ ਪਿਤਾ ਦੇ ਮਹਿਲ ਛੱਡ ਕੇ ਲੰਬੀ ਛੁੱਟੀ 'ਤੇ ਜਾਣ ਦੀ ਹੁੰਦੀ ਤਾਂ ਉਹ ਕੁਝ ਹੜਦੰਗੀ ਹੋ ਜਾਂਦਾ, ਮਤਲਬ ਇਲਤੀ ਹੋ ਜਾਂਦਾ ਤਾਂ ਕੈਪਟਨ। ਇਸ ਖਾਸ ਘਟਨਾ ਦੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਹੋਇਆ ਕੀ ਕਿ ਯੂਰਪ ਜਾ ਰਹੇ ਸਨ ਅਤੇ ਬੱਚੇ ਜੋ ਕਿ ਪਹਿਲਾਂ ਕਾਫੀ ਖੁਸ਼ ਸਨ, ਉਹਨਾਂ ਨੇ ਮਾਤਾ ਪਿਤਾ ਨੂੰ ਅਲਵਿਦਾ ਕਹਿੰਦਿਆਂ ਅਚਾਨਕ ਚੀਕ ਚਿਹਾੜਾ ਪਾਉਣਾ ਸ਼ੁਰੂ ਕਰਤਾ। ਤਾਂ ਮਾਤਾ ਨੇ ਉਹਨਾਂ ਨੂੰ ਹੌਸਲਾ ਦੇਣ ਲਈ ਆਪਣੀ ਆਖਰੀ ਕੋਸ਼ਿਸ਼ ਵਿੱਚ ਇਹ ਕਹਿ ਦਿੱਤਾ ਹੋਵੇਗਾ ਕਿ ਮੇਰੇ ਲਾਲ, ਹੁਣ ਤੁਸੀਂ ਵੱਡੇ ਹੋ ਗਏ ਹੋ ਅਤੇ ਤੁਹਾਨੂੰ ਬਹਾਦਰ ਬਣਨਾ ਚਾਹੀਦਾ ਹੈ, ਅਸੀਂ ਤੁਹਾਨੂੰ ਆਪਣੇ ਨਾਲ ਕਿਵੇਂ ਲੈ ਕੇ ਜਾ ਸਕਦੇ ਹਾਂ ਜਦੋਂ ਕਿ ਤੁਹਾਡੀ ਇੱਥੇ ਜ਼ਿਆਦਾ ਲੋੜ ਹੈ, ਤਾਂ ਕਿ ਸਾਡੀ ਗੈਰ ਹਾਜ਼ਰੀ ਤੁਸੀਂ ਇੱਥੇ ਰਹਿ ਕੇ ਇਹ ਦੇਖ ਸਕੋ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਸਾਡੇ ਜਾਣ ਤੋਂ ਮਗਰੋਂ ਇਹਨਾਂ ਸਾਰਿਆਂ ਦੇ ਇੰਚਾਰਜ ਤੁਸੀਂ ਹੋਵੋਗੇ, ਜਦੋਂ ਅਸੀਂ ਇੱਥੇ ਨਹੀਂ ਹੋਵਾਂਗੇ ਤਾਂ ਤੁਸੀਂ ਹੀ ਹਰੇਕ ਅਤੇ ਹਰ ਚੀਜ਼ ਦਾ ਧਿਆਨ ਰੱਖਣਾ ਹੈ। ਤਾਂ ਇਹਨਾਂ ਸ਼ਬਦਾਂ ਨੇ ਮੁੰਡੇ ਨੂੰ ਤੁਰੰਤ ਸ਼ਾਂਤ ਕਰਤਾ, ਕੈਪਟਨ ਸਾਹਿਬ ਨੂੰ, ਹਾਲਾਂਕਿ ਜੋ ਬਾਅਦ ਵਿੱਚ ਹੋਇਆ ਉਹ ਉਹਦੇ ਵਰਗਾ ਬਿਲਕੁਲ ਵੀ ਨਹੀਂ ਸੀ। ਯਾਨੀ ਕਿ ਕੈਪਟਨ ਨੂੰ ਫੂਕ ਛਕਾਤੀ ਘਰਦਿਆਂ ਨੇ ਵੀ, ਹੁਣ ਤਾਂ ਤੂੰ ਹੀ ਹੈ ਇੱਥੇ ਰਾਜਾ, ਵੀ ਤੈਂ ਹੀ ਦੇਖਣਾ ਸਾਰਾ ਕੁਝ, ਪਚਕਾਰ ਲਿਆ ਯਾਨੀ ਕਿ ਕੈਪਟਨ ਸਾਹਿਬ ਨੂੰ। ਤਾਂ ਕੈਪਟਨ ਅਮਰਿੰਦਰ ਲਈ ਇਹਨਾਂ ਸ਼ਬਦਾਂ ਦਾ ਮਤਲਬ ਸ਼ਾਇਦ ਇਹ ਸੀ ਕਿ ਪਾਪਾ ਤੋਂ ਉਹਨੂੰ ਕਾਰਜਕਾਰੀ ਮਹਾਰਾਜਾ ਬਣਨ ਦਾ ਅਧਿਕਾਰ ਮਿਲ ਗਿਆ। ਯਾਨੀ ਕਿ ਉਹ ਸਮਝਣ ਲੱਗ ਗਿਆ ਕਿ ਮੈਂ ਹੁਣ ਮਹਾਰਾਜਾ ਹੈ ਹੈਂ, ਅਤੇ ਉਹਨੇ ਆਪਣੇ ਦਾਦਾ ਜੀ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਹੈ। ਆਪਣੇ ਆਪ ਨੂੰ ਸਾਬਤ ਕਰਨ ਲਈ ਉਹਨੇ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਇਰਦ ਗਿਰਦ ADC ਦੀ ਤਰ੍ਹਾਂ ਹਾਜ਼ਰ ਰਹਿਣ ਲਈ ਕਿਹਾ। ਉਹਨੇ ਪੜ੍ਹਨਾ ਲਿਖਣਾ ਪਤੰਦਰ ਨੇ ਬਿਲਕੁਲ ਬੰਦ ਕਰਤਾ, ਔਰ ਜਦੋਂ ਵੀ ਜ਼ਰੂਰਤ ਹੁੰਦੀ ਉਹ ਕਾਰ ਲਿਆਉਣ ਦਾ ਹੁਕਮ ਦੇ ਦਿੰਦਾ ਅਤੇ ਉਹ ਚੈਲ ਚਲਾ ਜਾਂਦਾ ਪਹਾੜਾਂ 'ਚ, ਅਤੇ ਫਿਰ ਆਪਣੀ ਗੱਡੀ ਦੇ ਅੱਗੇ ਸ਼ਾਹੀ ਝੰਡਾ ਲਗਾ ਕੇ ਉੱਥੋਂ ਹੀ ਆਪਣੀ ਦਾਦੀ ਨੂੰ ਚੁੱਪ ਕਰਕੇ ਮਿਲਣ ਲਈ ਜਾ ਕੇ ਉਹਨੂੰ ਹੈਰਾਨ ਕਰ ਦਿੰਦਾ। ਖਾਣੇ ਦੇ ਹੁਕਮ ਜਾਰੀ ਹੋ ਜਾਂਦੇ, ਫਰਸ਼ 'ਤੇ ਗੱਦੇ ਵਿਛਾਏ ਜਾਂਦੇ ਅਤੇ ਮਹਾਰਾਜੇ ਦਾ
सिनेमा ऑपरेटर नूं स्क्रीन लगाउण दी बेनती कीती जांदी तां कि पकवाना अते मनोरंजन दोनों का शाही तरीके नाल आनंद माणिया जा सके। कोई भी उहदी उलंघना करन दी हिम्मत ना करदा क्योंकि वह होण वाला शहजादा सी जिहदा जन्म ही सिंघासन लई होया सी। जदों ड्राइवरां मुलाजमां सहयोगी शिकारियां वल्लों गंभीर शिकायतां आउणियां शुरू हो गईयां तां फिर आखिरकार हेडे डयाल नूं हरकत विच आउणा पिया। तां इह शिकायतां लड़कियां दे जंगल दे विच अन्नेवाह गोलियां चलाउण तों लै के खतरनाक अते साहसी तजर्बे करन तक सन। हुण उदाहरण वजों इह की करदे, डूंघियां खड्डां दे नेड़े जीपां रोक के उहनां दे पिछे लंबियां रस्सियां लटका दिंदे ਤਾਂ ਲੜਕੇ ਰੱਸੀਆਂ ਫੜ ਕੇ ਹੇਠਾਂ ਉਤਰਦੇ ਅਤੇ ਫਿਰ ਡਰਾਈਵਰਾਂ ਨੂੰ ਹਦਾਇਤ ਕਰਦੇ ਕਿ ਉਹ ਜੀਪਾਂ ਚਲਾ ਕੇ ਹੌਲੀ ਹੌਲੀ ਲੜਕਿਆਂ ਨੂੰ ਉੱਪਰ ਖਿੱਚ ਲੈਣ। ਇੱਦਾਂ ਦੀਆਂ ਹਿਲਤਾਂ ਕਰਦਾ ਹੁੰਦਾ ਸੀ ਇਹ ਪਤੰਦਰ। ਤਾਂ ਹੈਡੇ ਡਿਆਲ ਦੇ ਇਸ ਫੈਸਲੇ ਨੇ ਕਿ ਅਜਿਹਾ ਉਪਦਰਵੀ ਵਰਤਾਓ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਛੋਟ ਜਾਣੀ ਕਿ ਤੰਗ ਕਰ ਲਿਆ ਨੇ ਸਾਰਿਆਂ ਨੂੰ ਪਤੰਦਰ ਨੇ, ਛੋਟੇ ਸ਼ਹਿਜ਼ਾਦੇ ਨੂੰ ਅੱਗ ਬਬੂਲਾ ਕਰਤਾ ਉਹਨੇ ਹੈਡੇ ਡਿਆਲ ਨੇ। ਔਰ ਫਿਰ ਇਸ ਤਰ੍ਹਾਂ ਜਦੋਂ ਤੁਹਾਨੂੰ ਦੱਸਿਆ ਹੈ ਉੱਪਰ ਸਭ ਤੋਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਕਿ ਇਹ ਕੌਣ ਹੁੰਦੀ ਹੈ ਸਾਡੇ ਉਹਦੇ 'ਚ ਦਖਲ ਦੇਣ ਵਾਲੀ ਅਤੇ ਇਹਨੂੰ ਗੋਲੀ ਕਿਉਂ ਨਹੀਂ ਮਾਰ ਦਿੱਤੀ ਜਾਂਦੀ, ਉਹ ਹੇਡੇ ਡਿਆਲ ਨੂੰ ਕਹੀਆਂ ਸੀ ਉਹ ਗੱਲਾਂ ਆਪਣੀ ਨਰਸ ਨੂੰ, ਨਰਸ ਕੋਲ ਗੁੱਸਾ ਕਰਦੇ ਸੀ ਕੈਪਟਨ ਛੋਟਾ ਹੁੰਦਾ ਵੀ ਇਹ ਮਤਲਬ ਕਿ ਸਾਡੀ ਰੰਗ 'ਚ ਭੰਗ ਪਾਉਂਦੀ ਹੈ। ਤਾਂ ਸਿਸਟਰ ਵੈਲਜ਼ ਇੱਕ ਐਰਸ਼ ਔਰਤ ਸੀਗੀ ਜਿਹੜੀ ਇਹਦੀ ਦਾਈ ਸੀ ਔਰ ਉਹਨੂੰ ਸ਼ਾਹੀ ਬੱਚਿਆਂ ਲਈ ਨੈਨੀ ਨਾਮਜ਼ਦ ਕੀਤਾ ਗਿਆ ਸੀ। ਉਹ ਮੋਤੀ ਬਾਗ ਮਹਿਲ ਦੇ ਉੱਪਰ ਵੱਖਰੇ ਬਣੇ ਵਿੰਗ 'ਚ ਉਹਨਾਂ ਦੇ ਨਾਲ ਰਹਿੰਦੀ ਸੀ ਔਰ ਕਿਉਂਕਿ ਅਮਰਿੰਦਰ ਸਿੰਘ ਨੇ ਆਪਣਾ ਸਭ ਤੋਂ ਵੱਧ ਸਮਾਂ ਉਹਦੇ ਨਾਲ ਗੁਜ਼ਾਰਿਆ ਅਤੇ ਉਸੇ ਨਾਲ ਹੀ ਉਹ ਸਭ ਤੋਂ ਵੱਧ ਸਹਿਜ ਮਹਿਸੂਸ ਕਰਦਾ ਹੁੰਦਾ ਸੀ ਅਤੇ ਬੇਰੋਕ ਆਪਣਾ ਪਿਆਰ ਅਤੇ ਗੁੱਸਾ ਵੀ ਜ਼ਾਹਰ ਕਰਦਾ ਸੀ। ਉਹਨਾਂ ਨੂੰ ਬੱਚਿਆਂ ਦੀ ਮੰਜ਼ਿਲ 'ਤੇ ਅਕਸਰ ਨਖਰੇ ਦਿਖਾਉਂਦਿਆਂ, ਸ਼ੋਰ ਸ਼ਰਾਬਾ ਪਾਉਂਦਿਆਂ, ਲੱਤਾਂ ਮਾਰਦਿਆਂ ਅਤੇ ਚੀਕਾਂ ਮਾਰ ਮਾਰ ਕੇ ਨੀਲੇ ਹੁੰਦਿਆਂ ਵੇਖੇ ਜਾਣਾ ਆਮ ਗੱਲ ਸੀ ਜਦੋਂ ਤੱਕ ਕਿ ਉਹ ਆਪਣੀ ਗੱਲ ਨਾ ਮਨਵਾ ਲੈਂਦਾ, ਯਾਨੀ ਕਿ ਪੂਰਾ ਲਤੀ 'ਤੇ ਜ਼ਿੱਦੀ ਹੁੰਦਾ ਸੀ ਇਹ ਛੋਟਾ ਹੁੰਦਾ। ਤਾਂ ਉਹ ਸਿਸਟਰ ਵੈਲਜ਼ ਨੂੰ ਇੰਨਾ ਪਸੰਦ ਕਰਦਾ ਕੈਪਟਨ ਅਮਰਿੰਦਰ ਕਿ ਰਾਤ ਵੇਲੇ ਉਹਦੇ ਨਾਲ ਜੱਫੀ ਪਾ ਕੇ ਸੌਂਦਾ ਸੀ। ਜੇ ਉਹ ਕਿਤੇ ਕਾਥਲ ਵੀ ਲੈ ਲੈਂਦੀ ਨਾ ਤਾਂ ਵੀ ਕਹਿ ਲਈਏ ਉਹ ਉਡੀਕ ਕਰਦਾ ਰਹਿੰਦੇ ਘਰ ਉਹਦਾ ਮੂੰਹ ਇੱਧਰ ਨੂੰ ਹੋਵੇ ਅਤੇ ਕਦੋਂ ਉਹਨੂੰ ਨੀਂਦ ਆਵੇ। ਤਾਂ ਦੋਸਤੋ 11 ਮਾਰਚ 1942 ਨੂੰ ਸਵੇਰੇ 3:20 'ਤੇ ਮੋਤੀ ਬਾਗ ਮਹਿਲ 'ਚ ਦੋ ਭੈਣਾਂ ਹਮਿੰਦਰ ਅਤੇ ਰੁਪਿੰਦਰ ਤੋਂ ਬਾਅਦ ਪੈਦਾ ਹੋਇਆ ਅਮਰਿੰਦਰ ਸਿੰਘ ਦਾ ਜਨਮ ਪਰਿਵਾਰ ਦੇ ਪਟਿਆਲੇ ਲਈ ਹਮੇਸ਼ਾ ਹੀ ਸਭ ਤੋਂ ਅਹਿਮ ਰਹਿਣ ਵਾਲਾ ਮੌਕਾ ਸੀ। ਆਖਿਰਕਾਰ ਪਰਿਵਾਰ ਦਾ ਸਿੰਘਾਸਨ ਦੇ ਮਰਦਾਨਾ ਵਾਰਸ ਦਾ ਮਹੱਤਵਪੂਰਨ ਮਾਮਲਾ ਹੱਲ ਹੋ ਗਿਆ ਸੀ। ਫਲਸਰੂਪ ਇੱਕ ਹੋਰ ਲੜਕੀ ਦੇ ਜਨਮ ਹੋਣ ਦਾ ਅਰਥ ਸੀ ਕਿ ਮਹਾਰਾਜਾ ਯਾਰਬਿੰਦਰ ਸਿੰਘ ਦੀ ਤੀਜੀ ਸ਼ਾਦੀ। ਉਹਨਾਂ ਦੀ ਮਾਤਾ ਬਖਤਾਵਰ ਕੌਰ, ਜਿਨ੍ਹਾਂ ਨੂੰ ਮਹਾਰਾਣੀ ਸਾਹਿਬਾ ਰਾਜੋ ਮਾਜਰੇ ਵਾਲੇ ਕਿਹਾ ਜਾਂਦਾ ਸੀ, ਪਹਿਲਾਂ ਹੀ ਲੜਕੀ ਦੀ ਤਲਾਸ਼ ਵਿੱਚ ਸੀ ਤਾਂ ਜੋ ਜੇ ਉਹਨਾਂ ਨੂੰ ਉਹਨਾਂ ਦੀ ਦੂਸਰੀ ਨੂੰ ਮਹਿੰਦਰ ਕੌਰ ਤੀਜੀ ਲੜਕੀ ਨੂੰ ਜਨਮ ਦਿੰਦੀ ਹੈ ਤਾਂ ਉਹ ਆਪਣੇ ਲੜਕੇ ਦੀ ਤੀਸਰੀ ਸ਼ਾਦੀ ਕਰ ਸਕੇ। ਤਾਂ ਪਰਿਵਾਰ ਦੇ ਪ੍ਰਤੱਖ ਵਾਰਸ ਦਾ ਮਾਮਲਾ ਸੁਲਝਾਉਣ ਤੋਂ ਇਲਾਵਾ ਅਮਰਿੰਦਰ ਸਿੰਘ ਦਾ ਜਨਮ ਇੱਕ ਹੋਰ ਪੱਖੋਂ ਹੀ ਬੜਾ ਮਹੱਤਵਪੂਰਨ ਸੀ ਕਿਉਂਕਿ ਮਹਿਲ ਦੇ ਬਾਕੀ ਮੈਂਬਰਾਂ ਦੇ ਨਾਲ ਆਮ ਜਨਤਾ ਦਾ ਇਹ ਵਿਸ਼ਵਾਸ ਸੀ ਕਿ ਅਮਰਿੰਦਰ ਸਿੰਘ ਆਪਣੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦਾ ਪੁਨਰ ਜਨਮ ਸੀ। ਇਹ ਕਿਹਾ ਜਾਂਦਾ ਕਿ 23 ਮਾਰਚ 1938 ਨੂੰ ਮਹਾਰਾਜਾ ਭੁਪਿੰਦਰ ਸਿੰਘ ਦੇ ਅਕਾਲ ਚਲਾਣੇ ਸਮੇਂ ਅਲਾਵਲਪੁਰ ਜੋ ਅੱਜ ਕੱਲ੍ਹ ਪੰਜਾਬ 'ਚ ਉਹਦੇ ਇੱਕ ਪੰਡਿਤ ਲਾਹੌਰੀ ਰਾਮ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਉਹਨਾਂ ਦਾ 34 ਬਰਸੀ 'ਤੇ ਪੁਨਰ ਜਨਮ ਹੋਵੇਗਾ ਭੁਪਿੰਦਰ ਦਾ, ਭੂਪੇ ਦਾ। ਤਾਂ 1942 'ਚ ਅਮਰਿੰਦਰ ਸਿੰਘ ਦਾ ਠੀਕ 4 ਸਾਲ ਬਾਅਦ ਜਨਮ ਇਸੇ ਰੂਪ 'ਚ ਹੀ ਵੇਖਿਆ ਗਿਆ, ਪਤੰਦਰ ਇਹ ਹੋ ਗਿਆ ਜਿਹਨੇ ਉਹਨਾਂ ਦਾ ਰੁਤਬਾ ਕੇਵਲ ਇੱਕ ਵਾਰਸ ਹੋਣ ਦੇ ਨਾਲ ਹੋਣ ਦਾ ਹੀ ਨਹੀਂ ਬਲਕਿ ਇਹ ਤੋਂ ਵੀ ਹੋਰ ਜ਼ਿਆਦਾ ਉੱਚਾ ਕਰਤਾ। ਹੁਣ ਕੈਪਟਨ ਅਮਰਿੰਦਰ ਸਿੰਘ ਦੀਆਂ ਦਾਦੀਆਂ ਸਮੇਤ ਮਹਿਲ 'ਚ ਹਰ ਕੋਈ ਉਹਨਾਂ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨਾਲੋਂ ਇੱਕ ਕਦਮ ਉੱਚਾ ਦਰਜਾ ਦਿੰਦਾ ਹੈ। ਤਾਂ ਪਟਿਆਲੇ 'ਚ ਹਰ ਕਿਸੇ ਦਾ ਇਹ ਵਿਸ਼ਵਾਸ ਸੀ ਕਿ ਬਾਪ ਜੀ ਵਾਪਸ ਆ ਗਏ। ਬਾਪ ਜੀ ਮਤਲਬ ਕਿ ਮਹਾਰਾਜਾ ਭੁਪਿੰਦਰ ਸਿੰਘ ਨੂੰ ਕਿਹਾ ਜਾਂਦਾ ਸੀਗਾ ਕਿ ਮਹਾਰਾਜਾ ਭੁਪਿੰਦਰ ਸਿੰਘ ਵਾਪਸ ਆ ਗਿਆ ਜਦੋਂ ਇਹ ਜੰਮਿਆ। ਤਾਂ ਨਵੇਂ ਜਨਮੇ ਬੱਚੇ ਨੂੰ ਗੁੜਤੀ ਦਿੱਤੀ ਗਈ ਜਦੋਂ ਪਹਿਲਾ ਭੋਜਨ ਆਮ ਤੌਰ 'ਤੇ ਖੰਡ, ਇਹ ਪਤਾ ਕਿਹਨੇ ਦਿੱਤੀ ਸੀਗੀ? ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ। ਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਲੜਕੇ ਦੀ ਪ੍ਰਾਪਤੀ ਲਈ ਇਹਨਾਂ ਬਾਬਾ ਜੀ ਦਾ ਅਸ਼ੀਰਵਾਦ ਲਿਆ ਗਿਆ ਸੀ। ਕਿਹਾ ਜਾਂਦਾ ਕਿ ਬਾਬਾ ਜੀ ਨੂੰ ਅਮਰਿੰਦਰ ਦੇ ਆਉਣ ਬਾਰੇ ਪਹਿਲਾਂ ਹੀ ਬ੍ਰਹਮ ਆਭਾਸ ਹੋ ਗਿਆ ਸੀ ਕਿਉਂਕਿ ਉਹ ਲੰਬੀ ਕਾਲੀ ਰਾਤ ਨੂੰ ਪਾਰ ਕਰਦੇ ਹੋਏ ਮਹਿਲ ਦੇ ਮੁੱਖ ਦੁਆਰ 'ਤੇ ਠੀਕ ਉਹ ਸਮੇਂ ਪਹੁੰਚੇ ਜਦੋਂ ਕਿ ਕੈਪਟਨ ਦਾ ਜਨਮ ਹੋਇਆ। ਸਰਦਾਰ ਸਾਹਿਬ ਡਿਊਟੀ ਮੋਵਾਲਾ ਨਾਮ ਦੀ ਸੰਸਥਾ ਵੱਲੋਂ ਬੜੀ ਮਿਹਨਤ ਨਾਲ
महल की एक रोजाना डायरी लिखी जाती सी जो कि अमरिंदर के जन्म समय मनाए गए वक् वक् तरह के उत्सवों का अखी डिठा बेरबा उदे लिखा जाता सी। हाँ जी लिखा जाता हूँ भी। सो शुरुआती तौर पर मौके की महत्ता दर्शाते हुए 121 तोपां की सलामी दी गई। जो ये जमया खुशियां भरिया गोलियां की बछाड़ की कन्न बोले करने वाली आवाज़ का मतलब भी पटियाला निवासियों यह घोषणा करना सी कि सिंघासन का उत्तराधिकारी जम पिया है। ये तो मगरों सारे राज बहुत सारे उत्सव होए। मनिया जाता कि बार भी सवेरे 10:30 बजे महाराजा यादवन सिंह ने सिखा दे पवित्र श्री गुरु ग्रंथ साहब जी अगे मत्था टेकया ते गुरु साहब का धन्यवाद किया। बच्चे के जन्म की खबर सुन के पटियाला गुरद्वारा दुख निवारण की प्रबंधकी कमेटी ने भी पाठ की समाप्ति की जो कि पटियाला राज के वास के जन्म लिए अरदास करने लिए खंड पाठ करवाया गया सी। सो दोस्तों छेती नवे बच्चे की चंगी सेहत सुरक्षा ते खुशहाली लिए परमात्मा अगे अरदासां दा नवा सिलसिला शुरू हो गया। महल के गुरद्वारे के मुख ग्रंथी ने 25 नवे खंड पाठ रखवाए और राज के वख वख गुरद्वारों च अणगिणत सहज पाठ रखे गए। राज के ब्राह्मण पंडित वख वख मंदिरों च पूजा करते सुने गए। मौलवियों ने मस्जिदों च नमाज अदा की। सूफी गायकों ने युवराज की चंगी सेहत ते खुशहाली लिए मन्ने परमन्ने फकीरां दीआं मजारां ते रूह नाल गाया कहिंदे जदों इह जम्मिया सी। दफ्तरी पद्धर से सरदार साहब ड्यूटी मोहाला के कर्नल हजूरा सिंह ने वायसराय और भारत के गवर्नर जनरल लॉर्ड लिंथिगो उर्फ विक्टर अलैगजेंडर जॉन पोप लाहौर के अंग्रेज़ हुक्मरान होर सारिया शाही रियासतों के राजियां नूं कैप्टन के पैदा होने दीआं तारां भेजतीआं। उन्हें अमरिंदर सिंह के जन्म बारे पटियाला गजट विच भी घोषणा पत्र जारी किया। सरदार साहब ड्यूटी मोहाला अज दे फगण संमत 1998 बिक्रमी कैलेंडर मुताबक दे 28 मई दिन सवेरे 3:20 ते पुत्र अते वारस श्री 108 महाराजा दिराज महेंद्र बहादुर दे वारस दे मुबारक जन्म की घोषणा करन दा हुक्म मिलिया है। अकाल पुरख जिसने अपनी अपार कृपा नाल समाज के हर एक तबके की प्यारी प्रजा की दिली और प्रबल अरदासां का उत्तर दे के साढ़े दयालु मालक 108 महाराजा दिराज महेंद्र बहादुर ते महाराजा धिराज श्री युवराज बहादुर ते अपनियां मेहरां बरता के अपार कृपा की है। ये घोषणा हुई थी। तो दोस्तों सारे राज कैप्टन के जन्म मनाने महल के खजाने च 99,000 रुपये की राशि उन्होंने दिन जो कि बहुत बड़ी रकम सी तुरंत मंजूरी दी गई। इस धनराशि तो अलावा गरीबों में वंडन लिए 5,000 माउंड यानी कि 37,3242 किलो के बराबर अनाज का भी प्रबंध किया गया। सारी रियासत में 3 दिन की छुट्टी ऐलानी गई। इस खुशी भरे मौके की याद वजों वक् वक् जेलों चों कैदियों को रिहा किया गया। पटियाले दीआं सारीआं सरकारी इमारतां ते निजी घरां च सारी रात दीवे बाले गए और जदों कि एक पासे स्वर्ग दे देवतियां नूं प्रार्थनावां द्वारा प्रसन्न किया जा रहा सी अते विश्व नूं सूचनावां भेज के दानी कार्ज करके इस बारे जाणू करवाया जा रहा सी। मोती बाग महल दे मेन हाल जो वड्डा कमरा उत्थे केवल राजकुमारां नाल संबंधित त्यौहार चल रहे सन। महल दे ड्रैंग रूम च सारे उच्च पद्धर के गजटड अफसर लिए कॉकटेल पार्टी चल रही थी। दूजे पासे तो महाराजा शाम के 6:30 बजे महाराज मेन हाल अंदर दाखिल होए जिस तो मगरों शाही हाजरीना का मनोरंजन कर ली। नचने वालिया के समूह ने वक् वक् तरह के नाच पेश करे। नूरजहां दी के पाकिस्तानी कलाकारी थी नूरजहां जो कि महान गायिका बनी सी अगे चल के समेत सारे 15 मन्ने परमन्ने गायकों भी मेहमाना का मन परचावा कर त्यौहार को होर आनंदमई बनाने सद्दा भेजा गया। यह त्यौहार कई हफ्ते ते कई दिन तक जारी रहे। यह सारा माहौल इन्ना ज़्यादा हो गया कि लोगों नू आपे तो बाहर जाने तो रोकने लिए महाराजे नू अपनी परजा ते सारे अमले नू सारे रवायती उत्सवों नू घट तो घट करने के आदेश जारी करने पे। इस घोषणा च महाराजा ने अपनी प्यारी परजा नू इस सब च रुझ के अपने मुख आदेश दूसरे विश्व युद्ध जो कि 1939 तो 1945 तक चलिया ये सफल आयोजन लिए अंग्रेज सरकार को अपनी पूरी मदद प्रदान करने तो ना भटक जाने लिए कहा। तो अद सूचना के बावजूद जमीनी पद्धर से कोई तब्दीली नहीं आई सी क्योंकि हाले भी इस खुशी भर मौके की याद वजों हर रात नचने वालिया के नाच चल रहे सन।
राज दा बैंड ते पटियाला आर्केस्ट्रा भी धुनां बजा रहे सन। गुआंढी शासकां समेत हरेक तबके दे लोक कई तरह के तोहफ़िआं ते शगनां नाल अपनियां शुभ इशावां देण लई मोती बाग महल च भीड़ां बना के पहुँच रहे सन। आखिरकार यह त्यौहार उदों कुछ घट होंदे नज़र आउण लगे जदों 21वें दिन परिवारक रीति रिवाजां अनुसार अमरिंदर दी रस्मी ताजपोशी हुई। इस तक पहुँचण दे तरीकियां दे मुकाबले ताजपोशी दी रस्म सधारण तरीके नाल ही होई। अमरिंदर सिंह दे नाना हरचंद सिंह जैजी ने बच्चे नूं चुक के श्री गुरु ग्रंथ साहिब जी अगे मत्था टेकिया, जदों कि उन्हां दी माता महाराणी महिंदर कौर ने अपने पुत्तर नूं 500 रुपए शगन पा के आशीर्वाद दिते। कैप्टन सिंह दे ना हाँ अमरिंदर सिंह दे चाचे राजा भलेंद्र सिंह ने बच्चे नूं 21 रुपए का शगन पाया, जदों कि सिविल दीवानी पुलिस अते मिलटरी अफसरां समेत बाकी सारे ने 11-11 रुपए शगन पाया। इस तों मगरों राज दे सारे सरदारां लई रात दे खाने का बड़ा शानदार प्रबंध किया गया ते नूरजहां दा एक बार फिर सितारा कह लिए भी कलाकार सी, नूरजहां लगी पे शाम नूं हां जी। सो यह जदों कैप्टन जम्मिया सी आ चक्करबाजियां पईआं सी उदों। सो मिलदे हुण 99 जिहड़ा करी नाल तक दिओ आ गया, सति श्री अकाल।